ਪੰਜਾਬ ਪੰਜਾਬੀਅਤ ਤੇ ਪੰਜਾਬੀਅਤ ਨੂੰ ਸਮਰਪਿਤ ਤੁਹਾਡੇ ਆਪਣੇ ਸਿਟੀ ਲਾਈਵ ਚੈਨਲ ਦੇ ਜਰੀਏ ਅੱਜ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਹਲਕਾ ਗਿੱਲ ਦੇ ਪਿੰਡ ਕੋਟ ਆਗਾਂ ਦੇ ਵਿੱਚ, ਜਿੱਥੇ ਮੌਜੂਦਾ ਸਰਪੰਚ ਬੀਬੀ ਮਨਦੀਪ ਕੌਰ ਜੀ ਆਪਣੇ ਪਿੰਡ ਦੇ ਵਿਕਾਸ ਕੰਮ ਬੜੇ ਹੀ ਧੜੱਲੇ ਨਾਲ ਕਰਵਾਉਂਦੇ ਹੋਏ ਪਿੰਡ ਦੇ ਵਿੱਚ ਇੱਕ ਮਿਸਾਲ ਦੇ ਰਹੇ ਨੇ। ਮਿਸਾਲ ਇਸ ਲਈ ਹੈ ਕਿਉਂਕਿ ਪਿੰਡ ਕੋਟ ਆਗਾਂ ਛੋਟਾ ਜਿਹਾ ਪਿੰਡ ਹੈ, ਦੀਵਾਲੀ ਦੀ ਹਟੜੀ ਵਰਗਾ, ਜਿਸ ਦੀਆਂ ਕੁੱਲ ਵੋਟਾਂ ਕਰੀਬ 200 ਨੇ। ਆਓ ਆਪਾਂ ਗੱਲਬਾਤ ਕਰਦੇ ਹਾਂ ਸਰਪੰਚ ਬੀਬੀ ਮਨਦੀਪ ਕੌਰ ਜੀ ਦੇ ਪਤੀ ਸਰਦਾਰ ਗੁਰਦੀਪ ਸਿੰਘ ਜੀ ਦੇ ਨਾਲ, ਕਿਉਂਕਿ ਬੀਬੀ ਜੀ ਦੇ ਪੇਕੇ ਪਰਿਵਾਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਹੈ ਅਤੇ ਬੀਬੀ ਜੀ ਦੀ ਸ਼ਮੂਲੀਅਤ ਉੱਥੇ ਵਧੀ ਹੋਈ ਹੈ। ਆਓ ਆਪਾਂ ਗੱਲਬਾਤ ਕਰੀਏ ਸਰਦਾਰ ਗੁਰਦੀਪ ਸਿੰਘ ਜੀ ਦੇ ਨਾਲ ਪਿੰਡ ਕੋਟ ਆਗਾਂ ਦੇ ਵਿੱਚ ਬੀਬੀ ਮਨਦੀਪ ਕੌਰ ਜੀ ਦੇ ਵਿਕਾਸ ਕੰਮਾਂ ਦੇ ਸੰਬੰਧ ਵਿੱਚ। ਸਭ ਤੋਂ ਪਹਿਲਾਂ ਤਾਂ ਗੁਰਦੀਪ ਜੀ, ਆਪਾਂ ਤੁਹਾਡੇ ਨਾਲ ਬੀਬੀ ਮਨਦੀਪ ਕੌਰ ਦੇ ਵਿਕਾਸ ਕੰਮਾਂ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਬੁਲਾ ਲਈਏ। ਵਾਹਿਗੁਰੂ ਜੀ। ਗੁਰਦੀਪ ਜੀ, ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਕੋਟ ਆਗਾਂ ਦੀ, ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਪਿੰਡ ਵਿੱਚ ਮਨਦੀਪ ਜੀ ਨੂੰ ਜਿਸ ਤਰ੍ਹਾਂ ਜੋ ਮਾਣ ਸਤਿਕਾਰ ਦਿੱਤਾ ਗਿਆ, ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਗਿਆ, ਇਹ ਬਹੁਤ ਵੱਡੀ ਇੱਕ ਗੱਲ ਹੈ। ਜਦੋਂ ਸਰਬਸੰਮਤੀ ਦੇ ਨਾਲ ਸਰਪੰਚ ਬਣਾਉਣ ਦੀ ਗੱਲ ਹੋਈ ਤਾਂ ਪਿੰਡ ਦੇ ਵਿੱਚ ਕੀ ਕੋਈ ਵਿਰੋਧ ਨਹੀਂ ਹੋਇਆ ਕਿ ਨਹੀਂ ਅਸੀਂ ਇਲੈਕਸ਼ਨ ਕਰਵਾ ਕੇ ਹੀ ਸਰਪੰਚ ਬਣਾਉਣਾ? ਨਹੀਂ, ਮੈਂ ਧੰਨਵਾਦੀ ਹਾਂ ਸਾਰੇ ਪਿੰਡ ਦਾ। ਸਾਰੇ ਪਿੰਡ ਨੇ ਆਪਣੀ ਸਹਿਮਤੀ ਨਾਲ, ਸਰਬਸੰਮਤੀ ਨਾਲ ਸਾਨੂੰ ਇਹ ਮਾਣ ਬਖਸ਼ਿਆ। ਕਿਸੇ ਨੇ ਕਿਸੇ ਕਿਰਲਾ ਕੋਈ ਵਿਰੋਧ ਨਹੀਂ ਕੀਤਾ, ਸਾਰਿਆਂ ਨੇ ਸਾਨੂੰ ਜਿਹੜੇ ਮਾਣ ਦਿੱਤਾ। ਅਤੇ ਜਿਸ ਵਕਤ ਸਰਪੰਚੀ ਦੀਆਂ ਚੋਣਾਂ ਚੱਲ ਰਹੀਆਂ ਸੀ ਅਤੇ ਤੁਹਾਨੂੰ ਤੁਹਾਡੇ ਪਰਿਵਾਰ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚੀ ਆਈ, ਉਸ ਸਮੇਂ ਤੁਹਾਡੇ ਪਿੰਡ ਦੀਆਂ ਕੁੱਲ ਵੋਟਾਂ ਕਿੰਨੀਆਂ ਸੀ? ਲਗਭਗ 190 ਵੋਟਾਂ ਸੀ। ਔਰ ਤੁਹਾਡੀ ਇਲੈਕਸ਼ਨ ਤੋਂ ਬਾਅਦ ਚੋਣਾਂ ਆਈਆਂ MP ਇਲੈਕਸ਼ਨ ਦੀਆਂ, ਅਤੇ MP ਤੋਂ ਬਾਅਦ ਹੁਣ ਜਦੋਂ 2022 ਦੀਆਂ ਚੋਣਾਂ ਆਈਆਂ ਤਾਂ ਇਹ ਚਾਨਣਾ ਪਾਓ ਕਿ ਹੁਣ ਦੀਆਂ MLA ਇਲੈਕਸ਼ਨ ਦੇ ਵਿੱਚ ਤੁਹਾਡੇ ਪਿੰਡ ਤੋਂ ਕਿੰਨੀਆਂ ਵੋਟਾਂ ਨੇ ਜਿਹੜੀਆਂ ਭੁਗਤੀਆਂ ਸੀ? ਸਾਡੇ ਪਿੰਡ ਤੋਂ ਲਗਭਗ 140 ਵੋਟਾਂ ਪੋਲ ਹੋਈਆਂ ਨੇ। ਜਿਹੜਾ ਸਾਡਾ ਪੋਲਿੰਗ ਬੂਥ ਆ ਪਿੰਡ ਮਾਇਰੀ ਹੁੰਦਾ, ਇੱਥੋਂ ਲੋਕ ਆਪੋ ਆਪਣੇ ਵਹੀਕਲ 'ਤੇ ਜਾ ਕੇ, ਆਪੋ ਆਪਣੇ ਸਾਧਨਾਂ 'ਤੇ ਜਾ ਕੇ ਵੋਟ ਪਾਉਂਦੇ ਆ, ਬਿਨਾਂ ਕਿਸੇ ਦੇ ਕਿਸੇ ਕੋਈ ਪ੍ਰੈਸਰ 'ਤੇ ਡਰ ਪੈ ਦੇ, ਆਪਣੀ ਮਰਜ਼ੀ ਨਾਲ ਜਾ ਕੇ ਵੋਟ ਪਾ ਕੇ ਆਉਂਦੇ। ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਿਲੇ ਔਰ ਤੁਹਾਡੇ ਹਲਕੇ ਨੂੰ MLA ਮਿਲੇ ਸਰਦਾਰ ਜੀਵਨ ਸਿੰਘ ਸੰਘੋਵਾਲ ਜੀ। ਸਰਦਾਰ ਜੀਵਨ ਸਿੰਘ ਸੰਘੋਵਾਲ ਜੀ MLA ਬਣਨ ਤੋਂ ਬਾਅਦ ਕੀ ਤੁਹਾਡੇ ਪਿੰਡ ਆ ਕੇ ਧੰਨਵਾਦ ਦੀ ਮੀਟਿੰਗ ਕਰਕੇ ਗਏ? ਹਾਂ ਬਿਲਕੁਲ, ਬਣਨ ਤੋਂ ਬਾਅਦ ਸਾਡੇ ਪਿੰਡ ਨੇ ਧੰਨਵਾਦ ਦੌਰਾ ਸੀ, ਆਏ ਨੇ, ਆ ਕੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਨੇ। ਅਤੇ ਜਦੋਂ ਤੁਹਾਡੇ ਪਿੰਡ ਆਏ, ਵਿਚਾਰ ਸਾਂਝੇ ਕੀਤੇ, ਕੀ ਤੁਸੀਂ ਸਰਦਾਰ ਜੀਵਨ ਸਿੰਘ ਸੰਘੋਵਾਲ ਜੀ ਦੇ ਕੋਲ ਗਏ? ਦੇਖੋ, ਸਾਡਾ ਛੋਟਾ ਜਿਹਾ ਪਿੰਡ ਆ, ਸਾਡੇ ਪਿੰਡ ਦੇ ਵਿੱਚ ਜੇ ਕੋਈ ਕਾਂਗਰਸ ਦਾ ਕੈਂਡੀਡੇਟ ਆਉਂਦਾ ਤਾਂ ਵੀ ਸਾਰਾ ਪਿੰਡ ਇਕੱਠਾ ਹੁੰਦਾ, ਅਕਾਲੀ ਦਲ ਦਾ ਆਵੇ ਤਾਂ ਵੀ ਇਕੱਠਾ ਹੁੰਦਾ, ਆਮ ਆਦਮੀ ਪਾਰਟੀ ਦਾ ਆਵੇ ਜਾਂ ਕੋਈ ਹੋਰ ਵੀ ਆਵੇ ਤਾਂ ਸਾਡਾ ਸਾਰਾ ਪਿੰਡ ਇਕੱਠਾ ਹੁੰਦਾ। ਕਿ ਸਾਡੇ ਪਿੰਡ ਦੇ ਵਿੱਚ ਜੋ ਆਪਸੀ ਸਾਂਝ ਅਤੇ ਭਾਈਚਾਰਾ ਉਹ ਬਹੁਤ ਮਜ਼ਬੂਤ ਆ, ਇਸ ਕਰਕੇ ਵੋਟ ਪਾਉਣ ਦਾ ਹਰ ਇੱਕ ਦਾ ਆਪੋ ਆਪਣਾ ਅਧਿਕਾਰ ਆ, ਕਿਸੇ ਨੂੰ ਪਾਉਣੀ, ਕਿੱਥੇ ਪਾਉਣੀ, ਕਿੱਦਾਂ ਪਾਉਣੀ, ਕਿਸੇ 'ਤੇ ਕੋਈ ਕਿਸੇ ਗੱਲ ਦਾ ਪ੍ਰੈਸਰ ਨਹੀਂ ਹੁੰਦਾ। ਲੇਕਿਨ ਕੋਈ ਵੀ ਸਾਡੇ ਪਿੰਡ ਕੈਂਡੀਡੇਟ ਆਉਂਦਾ ਜਾਂ ਕੋਈ ਲੀਡਰ ਆਉਂਦਾ, ਉਹ ਸਾਡੇ ਪਿੰਡ ਦਾ ਮਹਿਮਾਨ ਹੁੰਦਾ, ਇਸ ਕਰਕੇ ਸਾਡਾ ਪਿੰਡ ਦਾ ਹਰ ਇੱਕ ਨਾਗਰਿਕ ਉਹਦਾ ਸਨਮਾਨ ਕਰਨਾ ਆਪਣਾ ਫਰਜ਼ ਸਮਝਦਾ। ਅਸੀਂ ਕਿਸੇ ਨੂੰ ਬੁਲਾਉਂਦੇ ਨਹੀਂ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਸਭ ਨੂੰ ਪਤਾ ਸਾਡਾ ਛੋਟਾ ਪਿੰਡ ਆ, ਆਪੋ ਆਪਣੇ ਕੰਮਾਂ ਤੋਂ ਵਿਹਲੇ ਹੋ ਗਏ, ਆਪੇ ਹੀ ਆਪਣੀ ਹਾਜ਼ਰੀ ਲਵਾਉਂਦੇ ਸਾਰੇ ਬੰਦੇ ਆ ਕੇ। ਬਹੁਤ ਵਧੀਆ ਸੋਚ ਹੈ ਤੁਹਾਡੇ ਪਿੰਡ ਦੀ। ਪਰ ਜਿਸ ਤਰ੍ਹਾਂ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਕਿ ਜਦੋਂ ਵੀ ਪਿੰਡ ਦੇ ਵਿੱਚ ਕੋਈ ਮਹਿਮਾਨ ਆਉਂਦਾ ਤਾਂ ਜੀ ਆਇਆਂ ਨੂੰ ਕਹਿਣ ਲਈ ਸਾਰਾ ਪਿੰਡ ਹੀ ਆਪ ਮੁਹਾਰੇ ਹੋ ਕੇ ਸਾਹਮਣੇ ਆਉਂਦਾ। ਹੁਣ ਤਾਂ ਹਲਕਾ ਗਿੱਲ ਦੇ MLA ਦੀ ਜੇਕਰ ਗੱਲ ਕਰੀਏ, ਤੁਹਾਡਾ ਪਿੰਡ ਕੋਟ ਆਗਾਂ ਉਹਨਾਂ ਦਾ ਪਰਿਵਾਰ ਹੈ, ਅਤੇ ਜਦੋਂ ਆਪਣੇ ਪਰਿਵਾਰ ਨੂੰ ਮਿਲਣ ਲਈ MLA ਇੱਥੇ ਪਹੁੰਚੇ ਤਾਂ ਕੀ ਤੁਹਾਨੂੰ ਉਹਨਾਂ ਨੂੰ ਮਿਲ ਕੇ ਲੱਗਿਆ ਕਿ ਉਹ ਕਾਂਗਰਸੀ ਸਰਪੰਚਾਂ ਦੀ ਜਾਂ ਅਕਾਲੀ ਸਰਪੰਚਾਂ ਦੀ ਬਾਂਹ ਫੜਨਗੇ ਜਾਂ ਫਿਰ ਪਿਛਲੀ ਰਵਾਇਤੀ ਪਾਰਟੀਆਂ ਵਾਂਗ ਹੀ ਕਾਣੀ ਵੰਡ ਕਰਨਗੇ? ਨਹੀਂ, ਦੇਖੋ, ਸਾਨੂੰ ਤਕਰੀਬਨ ਮੇਰੀ 50 ਸਾਲ ਦੀ ਉਮਰ ਹੋ ਗਈ ਹੈ, ਲਗਭਗ 20 ਸਾਲ ਸਰਪੰਚ ਅਸੀਂ ਪਿੰਡ ਦੇ ਰਹਿ ਚੁੱਕੇ ਹਾਂ। ਮੇਰੇ ਤੋਂ ਪਹਿਲਾਂ ਮੇਰਾ ਭਰਾ ਹੁੰਦਾ ਸੀ। ਸਾਡੇ ਪਿੰਡ ਦੇ ਸਾਨੂੰ ਕਦੇ ਕਦੇ ਮਹਿਸੂਸ ਨਹੀਂ ਹੋ ਵੀ ਅਕਾਲੀ ਸਰਕਾਰ ਆ ਗਈ ਜਾਂ ਕਾਂਗਰਸ ਆ ਗਈ। ਸਾਡੇ ਪਿੰਡ ਦੇ ਜਨਮ ਜਿਹੜੇ ਕੰਮ ਹੁੰਦੇ ਨੇ, ਸਾਡੇ ਪਿੰਡ 'ਚ ਕੋਈ ਜ਼ਿਆਦਾ ਵੱਡੀ ਧੜੇਬੰਦੀ ਨਹੀਂ ਹੈ।
जो जैनुअन काम ने किसी भी पार्ट कोई किसी भी पार्टी सरकार हो रोकते नहीं होंगे कदे वो हो ही जाने देंगे सानू कदे दिक्कत नहीं है इस गल की ना अगे आने की दिक्कत संभावना आने की संभावना कोई नहीं, एक एक सियाना सरपंच जो सूझवान होंगे ना उसनों तो एक चीज़ पता है कि सरकार तो मैं अपने पिंड दे लिए कुछ लैके आना है तो सरकार तो वो लैके आने के लिए सरकार दे विच पकड़ होनी भी जरूरी है। तो जेकर देखा जाए 2017 के विच जदों सरकार बदली सी तां कई अकाली सरपंच जिहड़े ने उन्हां नूं मार पई है तो हुण दी जेकर गल करिए तो हुण भी यह मार हो सकदा है उन्हां नूं झलणी पवे पर तुसीं अपने शब्दों के विच कहा कि सरकार कोई भी आवे तुहाडे परिवार च सरपंच कोई भी रहा होवे कदे भी कोई समस्या नहीं आई। समस्या तां ही नहीं ना होएगी जदों आपां तीनों पार्टियां दे विच अपना हाथ पैंदा होएगा। नहीं देखो गल इह आ जिहड़ी हुण सेंटर गौरमेंट दे ग्रांट आउंदियां ने उह तां पापुलेशन दे मुताबिक आ ही जाणियां ने। रही गल स्टेट गौरमेंट दी ग्रांट दी, उह पहलां अकाली सरकार रही है जद भी उस टाइम भी साढ़े पिंड की हैसियत तो बद के उन्होंने ग्रांट दी है साढ़े पिंड पापूलेशन आधार से जिदे असी जिनी साड़ी योग्यता नहीं बनती सी उस तो बद के ग्रांट आई ने। इस तरह ही कांग्रेस के टाइम जो साड़ी एलिजिबिलिटी बनती सी उस तो सू बद ग्रांटा मिली ने। यही सू अगे आस साढ़े जो कम रेंदे साढ़े पूरे हो गए। चलो तुहानू जिहड़ी जो हुण आपां कांग्रेस सरकार दे कार्यकाल दी गल करांगे उस तो पहलां आपां दोबारा फिर गल करदे आं हले बीबी मनदीप कौर जी दे ही कम्मां कारां दी ते चानणा इक पाओ कि पिंड कोट आगा दी पंचायती जमीन किन्नी आ और उस तो आमदन किन्नी आ। साडे पिंड तकरीबन 6.5 एकड़ जमीन उहदी लगभग 2,70,000 रुपये इनकम जी साल दी जिहदे विचों 85,000 रुपये ब्लॉक में चले जाता 1,70,000 रुपया पिंड बचता ये इनकम साड़ी। और बीबी मनदीप कौर जी ने उन्होंने कार्यकाल जी बोली हुई है पंचायती जमीन की ये जो फंड आया पैसा आया पंचायती जमीन का वह पिंड के किड़े किड़े विकास काम से खर्च किया। देखो थोड़ी जी रकम होंगी 1,70,000 कोई बड़ी रकम नहीं होंगी है घट तो घट साल के बच्च 5-6 बार तो पिंड की सफाई करवानी पैंती है। प्राइमरी स्कूल का बिल असी दिने पंचायत जो जा रहा और निके मोटे काम को पुली टुट गई इदा के काम होंगे रेंदे एक कोई बड़ी रकम तो है नहीं मेरे ना बहुत विकास के काम हो जाएंगे फिर भी असी थोड़े मोटे पैसे बचा के इकट्ठे करके जिन्हें भी होंगे उसी आ सीवरेज का काम शुरू किया मेरे पड़ा वार जिदा भी पैसे आई जाएंगे आस्ते आस्ते सारे पिंड कंप्लीट करा। सरकार वालों पिंड जिहड़े ने उन्होंने महिला रिजर्व सीट होने के कारण बीबी मनदीप कौर जी तुहाडे पिंड कोट आगा तो सरपंच बने जेकर देखा जाए जिहड़े नट भज्जां वाले काम हुंदे ने या जिहड़े कहिंदे जेंट्स ने जिहड़े काम करने ने उत्थे तां तुहानू ही खड़ना पैंदा है ते जेकर आपां गल करिए तुहाडे पिंड दे विकास कम्मां दी जिस वक्त तुसीं पहलां क्योंकि पहलां तुहाडे परिवार विच सरपंची रही है तो जो पहला परिवार में सरपंची रही है तो हुण भी सरपंची आ गए कितने ना कि जाके अपन अपने पिंड दे कई कम्मां दीआं कमियां नज़र आंदियां सी ते उह कीड़ियां कीड़ियां कमियां सी जिहड़ियां तुसीं सब तो पहला बीबी मनदीप कौर जी दे कार्यकाल च खत्म करवाउण लई सब तो पहला किहड़ा कम शुरू किया। देखो जी अज तक साडा देश आजाद होया 47 दे विच उदों पिंडां दी हालत बहुत माड़ी सी आस्ते आस्ते जिन्हें भी पंचायतें पहले भी आई उन्होंने उस समय के मुताबिक उस सुधार करने की कोशिश की है और किया भी है। असी छोटे छोटे सारा रस्ता कच्चा हुंदा सी बरसातों के दिन के पैदल चलना भी बड़ा मुश्किल सी उस तो बाद साढ़े ताए संता सिंह सरपंच बने उन्होंने पिंड दे विच उस समय के जो हालात से जिन्हें कु पैसे मिलते उहदे मुताबिक 10-11 फुट पहला उन्होंने इट लगा के रस्ते पक्के किए उस तो अगे चलो पड़ा बारे पड़ा जिदा सुधार होंदे गए और पैसे मिलते गए सड़क बन गई। सड़क बन तो बाद जिदा साढ़े को फंड आने असी सीवरेज का काम शुरू किया हो जिदा जिदा पेमेंट आती जाऊगी असी करते जावे
करन तो बड़ा कुछ दिल करता भी आह भी कर दे भी कर दे, लेकिन होना तो सारा कुछ पैसे ना ही है ना। पैसा पिंड की इनकम का दसता भी इनकी इनकम, बाकी तो सरकार तो ही होना जो कुछ होना। तुसी अपने ही शब्दों के गल की सी कहते भी कांग्रेस सरकार ने भी पिंड माया का सहयोग किया ग्रांट दी, तुसी ये दसो कि बीबी मनदीप कौर जी के कार्यकाल के सबका विधायक कुलदीप सिंह वैद ने पिंड किन्नी ग्रांट दी और किहड़े काम उत्ते हो तुसी ग्रांट खर्च की? देखो ग्रांट ये एक तरह सानू टोभे लई ग्रांट आई हुई है, हरिजन धर्मशाला लई 3 लाख की ग्रांट आई हुई है, वो जो पेंड गा टोभे वाली साड़ी जी ग्रांट वो भी पेंड गा 6 लाख रुपये ग्रांट आई हुई है, बाकी जो पैसा आया सानू सेंटर गवर्नमेंट तो भी आया तो वो असी पिंड जिवें इंटरलॉक लग गई है, सीवरेज का हुण प्रोजेक्ट बड़ा तुसी जानदे हो, एक लेंथ पाई है मैंने लगता है घट्टो घट 8 से 9 लाख रुपये का खर्चा, ये सारा असं उहदे विच ही करवा रहे। तो जिस तरह तुसी दस्या कि सीवरेज का काम, क्योंकि देखा जाए पिंड वोट के हिसाब नाल 200 वोट है, कहने गल वक्री है कि पिंड छोटा आ, बट जो सीवरेज का काम शुरू किया जाता है तो यह काम वधदा वधदा वधी जाता है तो खर्चा भी प्लस हो जाता है, तो तुहानू लगता है कि बीबी जी अपने कार्यकाल के दौरान ये सीवरेज का काम कंप्लीट कर लेंगे? हाँ जी बिल्कुल करावे, इनू कंप्लीट करावे, साड़ी पूरी कोशिश आ। कुछ साढ़े को पैसे जिवें आ रहे ने पंचायती जमीन दे आ रहे ने, कुछ साढ़े को फंड पए ने, तो कुछ अगों सरकार तो ही डिमांड करांगे तां जो किसी प्रोजेक्ट नूं कंप्लीट कर सके। तुसी अपने शब्दां दे विच गल कीती सी पंचायती जमीन की आमदन नूं लैके कि छोटी जी आमदन है, है ना, करीब 1.5 लाख रुपया छोटी जी आमदन है, तो पिंड की एक छोटी जी जरूरत है जिहड़ी पिंड दे विच पूरी नहीं हो रही, जिसनों कहा जाता है रात नूं स्ट्रीट लाइट की सुविधा सोलर लाइटा ने पर चल नहीं रही, की कारण है? ये स्ट्रीट लाइटा लगभग 2007 दे विच लगियां सी, उस टाइम इलाके दे विच कितने सोलर लाइट नहीं सी, सैद पखौड़ ब्लाक दा साडा पहला पिंड हो स्ट्रीट लगी है, बढ़िया कामयाब सी। हुण तुसीं पहले गल करदे सी वी इलैक्ट्रिसिटी लाइट कामयाब आ, लेकिन जदों लाइट जांदी आ ना फिर पता लगता भी इहदी की वैल्यू आ, जदों सर्दियों के विच गर्मियों के विच नेरी झखड़ आ गई लाइट बंद हो गई, ये तो रेगुलर चलदियां ना, लेकिन दिक्कत यह सी उस टाइम जदों ये लाइटां लगाईआं गईआं सी पैनल की वारंटी सी 25 साल की, 25 साल तक पैनल जे खराब हुंदा कोई डैमेज हुंदा उहदी रिप्लेसमेंट कंपनी दी सी। ये लगभग 2 साल पहला लाइटां बंद हुई हैं, आस मतलब पड़ावर बंद हुई है, एक हो गई फिर 2 महीने बाद दूसरी हो गई तीसरी हो गई, लगभग 10-12 लाइटां बंद हो गई। 6 महीने पहला असी पिछले साल असी सानू तां बैटरियां खत्म हो गईआं, असी बैटरियां लियाए बैटरियां रखवा दियां, जब बैटरी रखवाई गई लाइटा फिर ना कुछ चल पे कुछ नहीं चलिया ना चले, चेक करवाइयां कुछ सारे पैनल खराब ने, पैनल खराब तो चलो मैं प्रशासन ना गल की 25 साल की गरंटी आती, वो कहते कंपनी का संपर्क करो जी। कंपनी का जो लोकल डिस्ट्रीब्यूटर से उन्होंने वो लुधियाने का सी, वो कहता मैं कम सड़ गया जी, वो फलाना बंदा कम कर रहा, असी उहदे नाल संपर्क किया भी थोड़ी एक कंपनी ने लाइटा ने पैनल ने मैनू चेक कराओ, पहले तो चलो फोन लगाई गए कि उहदी बेटी की मैरिज आई, तरह तरह के मतलब अड़के लगते रहे। हुण लास्ट जिस दिन आम इजलास से उन्हें गल हुई भी सी मता पाउण लगे थोड़े खिलाफ कंपनी के, वो कहते सी लगभग 3-4 दिन पहलां दी गल आ, 23 तरीक की गल आ, फिर उन्हें विश्वास दवाया भी हुण मैं 2-4 दिन के बाद टीम भेजूंगा पैनल चेक करूगी, जिहड़े पैनल डैमेज होणगे असी वो चेंज करके जावांगे, अगर वो नहीं चेंज करदे इस इसके बारे अगे सोचा क्या की करना है, ये सारी चालू करावे, सारी लाइटें चालू कराई जाएंगी। उन्होंने थानू ये गल कही क्योंकि तुसी उन्होंने ये गल आखी कि असी अपने इजलास दे विच कंप्लीट का ही मता पावांगे, पर उन्होंने 2-4 दिन का कह के काम नू फिर पेंडिंग कर दिता,
ਤੇ ਤੁਹਾਨੂੰ ਹੁਣੇ ਦੱਸੋ ਤੁਹਾਨੂੰ ਲੱਗਦਾ ਹੈ ਕਿ ਜੋ ਕੰਮ ਪਿਛਲੇ ਸਮੇਂ 'ਚ ਨਹੀਂ ਹੋਇਆ ਕੀ ਹੁਣ ਉਹਨਾਂ ਨੇ ਜੇਕਰ ਤੁਹਾਡੇ ਤੋਂ ਇੱਕ ਹਫ਼ਤਾ ਲਿਆ ਇਸ ਇੱਕ ਹਫ਼ਤੇ ਦੇ ਸਮੇਂ ਦੌਰਾਨ ਹੋਏਗਾ? ਦੇਖੋ ਇੱਕ ਵਾਰੀ ਨੂੰ ਪਹਿਲਾਂ ਤਾਂ ਵੈਸੇ ਹੀ ਲਾਰਾ ਲਾਉਂਦਾ ਰਿਹਾ, ਹੁਣ ਉਹਨੇ ਬੜੇ ਵਿਸ਼ਵਾਸ ਨਾਲ ਸਾਨੂੰ ਕਿਹਾ ਵੀ ਹੁਣ ਇੱਕ ਹਫ਼ਤਾ ਦਿਓ, ਇੱਕ ਹਫ਼ਤਾ ਤੁਸੀਂ ਸਾਰਾ ਚੈੱਕ ਕਰਾਂਗੇ ਉਹ ਚੇਂਜ ਕਰਕੇ ਜਾਵਾਂਗੇ, ਅਗਰ ਨਹੀਂ ਆਊਗਾ ਫਿਰ ਅਗਲਾ ਅਕਸ਼ਨ ਦੇਖਾਂਗੇ ਕੀ ਲੈਣਾ। ਅਤੇ ਜਿਸ ਤਰ੍ਹਾਂ ਹੁਣ ਪਿੰਡ ਦੇ ਵਿੱਚ ਇਹ ਸਟਰੀਟ ਲਾਈਟ ਦੀ ਸੁਵਿਧਾ ਕੰਮ ਨਹੀਂ ਕਰ ਰਹੀ ਅਤੇ ਪਿੰਡ ਦੇ ਵਿੱਚ ਫਿਰ ਰਾਤ ਨੂੰ ਬਿਜਲੀ ਦਾ ਪ੍ਰਬੰਧ ਕੀ ਹੈ? ਬਿਜਲੀ ਛੋਟਾ ਜਿਹਾ ਪੈਣਾ ਲਾਈਟਾਂ ਦਾ, ਲੋਕਾਂ ਨੇ ਆਪਾਂ ਸਰ ਦਰਮ ਲਗਾ ਲਈਆਂ ਨੇ, ਠੀਕ ਹੈ, ਪਰ ਫਿਰ ਵੀ ਚਲੋ ਪੰਚਾਇਤ ਦਾ ਫਰਜ਼ ਬਣਦਾ ਵੀ ਜਿਹੜੀ ਪੰਚਾਇਤ ਦੀ ਪਹਿਲਾਂ ਕੋਈ ਪ੍ਰਾਪਰਟੀ ਆ ਉਹ ਅਗਰ ਕਿਸੇ ਗੱਲੋਂ ਨਹੀਂ ਉਹ ਕੰਮ ਦੇ ਰਹੀ ਤਾਂ ਉਹਨੂੰ ਚਾਲੂ ਕਰਾਈਏ, ਕਰਵਾਵਾਂਗੇ ਚਾਲੂ। ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਮਨਰੇਗਾ ਦੀ ਤੇ ਚਾਨਣਾ ਪਾਓ, ਤੁਹਾਡੇ ਪਿੰਡ ਤੋਂ ਮਨਰੇਗਾ ਵਰਕਰ ਕਿੰਨੇ ਨੇ ਜਿਨ੍ਹਾਂ ਦੇ ਜੋਬ ਕਾਰਡ ਬਣੇ ਹੋਏ ਆ? ਸਾਡੇ ਲਗਭਗ 12 ਕੁ ਬੰਦੇ ਹੋਣਗੇ ਲੇਡੀਜ਼ ਦੇ, ਉਹਦੇ 12 ਕੁ ਬੰਦੇ ਨੇ, 12 ਤੇ ਨੇ ਕਿ ਨਹੀਂ। ਅਤੇ ਤੁਹਾਡੇ ਪਿੰਡ ਜੋ ਪਾਰਕ ਦਾ ਕੰਮ ਚੱਲ ਰਿਹਾ ਇਹ ਤੁਸੀਂ ਮਨਰੇਗਾ ਵਾਲਿਆਂ ਤੋਂ ਬਣਵਾ ਰਹੇ ਹੋ ਜਾਂ ਲੇਬਰ ਜਿਹੜੀ ਹੈ ਇਹ ਤੁਸੀਂ ਬਾਹਰੋਂ ਮੰਗਵਾਈ ਹੋਈ ਆ? ਕੁਛ ਦੇਖੋ ਪਿੰਡ ਦੀ ਲੇਬਰ ਹੁੰਦੀ ਹੈ, ਕੁਛ ਬਾਹਰੋਂ ਹੁੰਦੀ ਆ, ਲੇਕਿਨ ਇਹ ਜਿੰਨਾ ਕੰਮ ਹੋ ਰਿਹਾ ਸਾਰਾ ਨਰੇਗਾ ਸੈਕਟਰੀ ਦੀ ਦੇਖ ਰੇਖ ਹੇਠ ਹੋ ਰਿਹਾ, ਉਹੀ ਕਰਵਾ ਰਹੇ ਨੇ। ਇੱਕ ਹੋਰ ਤੁਹਾਡੇ ਪਿੰਡ ਕੋਟਾ ਅੱਗਾ ਦੇ ਵਿੱਚ ਆਂਗਨਵਾੜੀ ਦੀ ਬਿਲਡਿੰਗ ਦੀ ਵੀ ਸਮੱਸਿਆ, ਉਹਦੇ ਬਾਰੇ ਤੁਸੀਂ ਕੀ ਸੋਚਿਆ ਹੋਇਆ? ਉਹ ਅਸੀਂ ਆਮ ਇਜਲਾਸ 'ਚ ਮਤਾ ਪਾਇਆ, ਸਰਕਾਰ ਤੋਂ ਫੰਡ ਦੀ ਡਿਮਾਂਡ ਕੀਤੀ ਆ, ਫੰਡ ਆ ਜਾਣਗੇ ਨਾਲ ਦੀ ਨਾਲ ਕਮਰਾ ਬਣਾਉਂਦਾ ਜਾਵੇ। ਅਤੇ ਜਿਹੜੀ ਆਂਗਨਵਾੜੀ ਬਿਲਡਿੰਗ ਦੀ ਸਮੱਸਿਆ ਕੀ ਇਹ ਪਿਛਲੇ ਸਾਲ ਨਹੀਂ ਸੀ? ਨਹੀਂ ਪਿਛਲੇ ਸਾਲ ਸੀ, ਪਿਛਲੇ ਸਾਲ ਵੀ ਸੀ, ਇਹਨਾਂ ਦਾ ਮੈਸੇਜ ਸਾਨੂੰ ਆਇਆ ਸੀ, ਲੇਕਿਨ ਸਾਡੇ ਕੋਲ ਫੰਡ ਨਹੀਂ ਸੀ ਉਸ ਟਾਈਮ। ਜਿਹੜਾ ਲੈਟਰ ਆਇਆ ਇਹ ਆਂਗਨਵਾੜੀ ਵਾਲਾ ਕੋਈ ਸਾਨੂੰ ਨਹੀਂ ਆਇਆ ਸੀ, ਡਾਇਰੈਕਟ ਪੰਚਾਇਤਾਂ ਨੂੰ ਨਹੀਂ ਆਇਆ ਸੀ, ਜੇ ਆਇਆ ਤਾਂ ਸਾਡੇ ਕੋਲ ਨਹੀਂ ਪਹੁੰਚਿਆ ਸੀ। ਇਹ ਲੈਟਰ ਸਾਨੂੰ ਉਹਨੇ 10-15 ਦਿਨ ਪਹਿਲਾਂ ਦਿੱਤਾ, ਮੇਰੇ ਹਜੇ ਵੀ ਮੋਬਾਈਲ 'ਚ ਵਟਸਐਪ ਕੀਤਾ ਉਹਨੇ ਵੀ ਆਹ ਲੈਟਰ ਆਇਆ ਹੋਇਆ। ਅਗਰ ਉਹ ਲੈਟਰ ਸਾਨੂੰ 2020 ਦੇ ਵਿੱਚ ਲੈਟਰ ਆਇਆ 7ਵੇਂ ਮਹੀਨੇ 'ਚ ਉਸ ਟਾਈਮ ਦੇ ਦਿੰਦੇ ਤਾਂ ਅੱਜ ਉਹਨੂੰ ਕਵਰਾ ਵੱਢ ਜਾਣਾ ਸੀ। ਜਦੋਂ ਆਪਾਂ ਚਲੋ ਇੱਥੇ ਵੀ ਆਪਾਂ ਮੰਨਦੇ ਹਾਂ ਕਿ ਤੁਹਾਡੇ ਕੋਲ ਲੈਟਰ ਨਹੀਂ ਆਇਆ, ਪਰ ਜਦੋਂ ਆਪਾਂ ਤੁਹਾਡੇ ਘਰ ਨੂੰ ਆਉਂਦੇ ਹਾਂ, ਤੁਸੀਂ ਗੱਲ ਕੀਤੀ ਹੈ ਸੀਵਰੇਜ ਦੀ ਵੀ, ਸੀਵਰੇਜ ਪੈ ਰਿਹਾ ਹੈ ਨਾ ਪਿੰਡ ਦੇ, ਵਧੀਆ ਕੰਮ ਕਰ ਰਹੇ ਨੇ ਬੀਬੀ ਜੀ ਨੇ, ਅਤੇ ਤੁਹਾਡੇ ਘਰ ਨੂੰ ਆਉਣ ਵਾਲੀ ਹੀ ਜਿਹੜੀ ਸੜਕ ਹੈ ਇਸੇ ਦੀ ਟੁੱਟ ਭੱਜ ਹੋਈ ਪਈ ਹੈ, ਇਹ ਦੇਖਿਆ ਜਾਵੇ ਤੁਹਾਡੇ ਹੀ ਦਰ ਦੇ ਸਾਹਮਣੇ ਦੇਖੀਏ ਇਹ ਅਨਕੰਪਲੀਟ ਹੈ, ਅਤੇ ਇਸਦੇ ਕਦੋਂ, ਕਿਉਂਕਿ ਜੇਕਰ ਆਪਾਂ ਆਪਣੀ ਦਿਲ ਹੀ ਨਾ ਸਵਾਰੀ ਫਿਰ ਪਿੰਡ ਕਿੱਦਾਂ ਸਵਾਰਾਂਗੇ? ਦੇਖੋ ਗੱਲ ਇਹ ਆ, ਇਲੈਕਸ਼ਨ ਤੋਂ ਪਹਿਲਾਂ ਅਸੀਂ ਕੰਮ ਚਾਲੂ ਕਰ ਦਿੱਤਾ ਸੀ, ਜਦੋਂ ਸੀਵਰੇਜ ਪੈਂਦਾ ਤੁਹਾਨੂੰ ਪਤਾ ਕਿਤੇ ਵੀ ਸੀਵਰੇਜ ਪੈਂਦਾ ਤਾਂ ਪੱਟ ਪੱਟਿਆ ਹੁੰਦਾ, ਠੀਕ ਹੈ, ਉਹ ਪੱਟ ਪੱਟਿਆ ਹੋਣ ਤੋਂ ਬਾਅਦ ਜ਼ਮੀਨ ਨੇ ਇੱਕ ਵਾਰੀ ਆਪਣੇ ਲੈਵਲ 'ਤੇ ਸੈੱਟ ਹੋਣਾ ਹੁੰਦਾ। ਸੀਵਰੇਜ ਪੈਣ ਤੋਂ ਲਗਭਗ 4 ਮਹੀਨੇ ਬਾਅਦ ਅਸੀਂ ਜਦੋਂ ਸੜਕ ਵੱਲ ਚੱਲਦੇ ਹਾਂ ਨਾ, ਹਾਫ ਤੱਕ ਅਸੀਂ ਇੰਟਰਲੋਕ ਲਗਾ ਦਿੱਤੀ, ਚਲੋ ਹੁਣ ਇੱਠ ਸੈੱਟ ਹੋ ਗਿਆ ਕੋਈ ਲਗਾ ਦਿਓ, ਉਹ ਲਗਾਈ ਗਈ ਤਾਂ ਉਸ ਤੋਂ ਬਾਅਦ ਬਾਰਿਸ਼ਾਂ ਆਈਆਂ, ਦੁਬਾਰਾ ਫਿਰ ਉਹ ਟੋਏ ਪੈ ਕੇ ਦੱਬ ਗਈ, ਉਹ ਤਾਂ ਹੁਣ ਦੁਬਾਰਾ ਫਿਰ ਮਿਹਨਤ ਆਉਣੀ ਆ, ਉਹਨੂੰ ਪੱਟਾਂਗੇ ਲੈਵਲ 'ਤੇ ਲਾਵਾਂਗੇ, ਦੇਖੋ ਪੈਸੇ ਦੀ ਬਰਬਾਦੀ ਹੋ ਰਹੀ ਹੈ, ਇਸ ਕਰਕੇ ਇਸ ਇੰਟਰਲੋਕ ਨੂੰ ਅਸੀਂ ਉੱਥੇ ਹੀ ਸਟੋਪ ਕਰਦਾ ਵੀ ਇਹਨੂੰ ਘੱਟ ਤੋਂ ਘੱਟ 5-7 ਮਹੀਨੇ ਹੋਰ ਇੱਦਾਂ ਹੀ ਰਹਿਣ ਦੀਏ, ਚੰਗੀ ਤਰ੍ਹਾਂ ਜ਼ਮੀਨ ਆਪਣੇ ਲੈਵਲ 'ਤੇ ਪਹੁੰਚ ਜੂਗੀ, ਉਸ ਤੋਂ ਬਾਅਦ ਇਹਨੂੰ ਫਿਰ ਇੰਟਰਵਿਊ ਲਾਈਏ, ਤਾਂ ਤਦੇ ਇਹ ਅਨਕੰਪਲੀਟ ਆ ਜੀ। ਤੁਸੀਂ ਤਾਂ ਇਸ ਆਪਾਂ ਜੇਕਰ ਗੱਲ ਕਰੀਏ ਹੈ ਨਾ, ਕਿਉਂਕਿ ਤੁਹਾਡੀ ਤਾਂ ਬਿਲਕੁਲ ਹੀ ਦਿਲ ਹੀ ਪੈਂਦੀ ਹੈ, ਤੁਸੀਂ ਤਾਂ ਇਸ ਸੜਕ ਦੇ ਨਾ ਬਣਨ ਦਾ ਕਾਰਨ ਇਹ ਦੱਸਿਆ, ਪਰ ਇੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਘਰ ਨੂੰ ਗਲੀ ਲੱਗਦੀ, ਇਸ ਕਰਕੇ ਨਹੀਂ ਹੋ ਰਹੀ। ਨਹੀਂ ਇਹ ਗਲੀ ਤਾਂ ਮੇਰੇ ਘਰ ਨੂੰ ਲੱਗਦੀ ਹੈ, ਠੀਕ ਹੈ ਨਾ, ਇਹ ਤਾਂ ਮੇਰੇ ਘਰ ਨੂੰ ਆ ਰਹੀ ਹੈ, ਬਾਕੀ ਇਹ ਤਾਂ ਕੋਈ ਗੱਲ ਨਹੀਂ, ਅਸੀਂ ਇੱਕ ਲੈਣ ਲੈਣ ਲਈ ਆ, ਇਹ 'ਚ ਸਾਰੀਆਂ ਪਾਰਟੀਆਂ ਦੇ ਲੋਕ ਰਹਿੰਦੇ ਨੇ, ਠੀਕ ਆ, ਇਹੀ ਤਾਂ ਕੋਈ ਗੱਲ ਨਹੀਂ ਹੈ। ਗੁਰਦੀਪ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਗਲੀ ਤੁਹਾਡੇ ਘਰ ਨੂੰ ਲੱਗਦੀ ਹੈ, ਪਰ ਸਾਨੂੰ ਇੱਥੋਂ ਇੱਕ ਹੋਰ ਜਾਣਕਾਰੀ ਮਿਲੀ ਸੀ, ਕਹਿੰਦੇ ਇਲੈਕਸ਼ਨ ਦੇ ਸਮੇਂ ਆਮ ਆਦਮੀ ਪਾਰਟੀ ਦੇ ਜਿਹੜੇ ਪੋਸਟਰ ਸੀ ਪਿੰਡ ਵਿੱਚ ਫਾੜੇ ਗਏ ਨੇ। ਨਹੀਂ ਇਹ ਬਿਲਕੁਲ ਅਫਵਾਹਾਂ ਨੇ, ਇਹ ਗਲਤ ਗੱਲ ਆ, ਇਹ ਪੋਲੀਟੀਕਲ ਬੈਨੀਫਿਟ ਲੈਣ ਲਈ ਕੁਛ ਲੋਕ ਕਹਿ ਰਹੇ ਨੇ, ਇੱਦਾਂ ਦੀ ਸਾਡੇ ਪਿੰਡ ਵਿੱਚ ਕੋਈ ਗੱਲਬਾਤ ਨਹੀਂ ਹੈ। ਦੇਖੋ ਨਹੀਂ ਨਹੀਂ ਇੱਕ ਮਿੰਟ, ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਪੋਲੀਟੀਕਲ ਬੈਨੀਫਿਟ ਲੈਣਾ ਜਾਣਦੇ ਨੇ? ਨਹੀਂ ਨਹੀਂ ਇਹ ਨਹੀਂ ਗੱਲ, ਕਿਸੇ ਬੰਦੇ ਨੇ ਅਫਵਾੜ ਆਈ ਹੈ ਇਹ, ਠੀਕ ਹੈ, ਮੈਂ ਨਹੀਂ ਜਾਣਦਾ ਕਿਸੇ ਨੇ ਲੜਾਈ ਹੈ, ਮੈਨੂੰ ਪਤਾ ਜ਼ਰੂਰ ਲੱਗਿਆ ਵੀ ਆਹ ਗੱਲ ਹੋ ਰਹੀ ਹੈ, ਲੇਕਿਨ ਇਹੋ ਜਿਹੀ ਕੋਈ ਗੱਲ ਨਹੀਂ,
हर सारिया पार्टियां के पोस्टर बने लगे से जे किसी पार्टी को एक घर के कोल किसी बच्चे ने कोई पोस्टर पढ़ता तो आप उन्होंने ये नहीं कह सकते पोस्टर पढ़े गए हाँ जहाँ सारे पिंड एक गली दे एक साइड तो पढ़े जाते फिर मन सकते हैं जे एक घर तो किसी बच्चे ने कोई पोस्टर पढ़ता तो उन्होंने किसी आप ब्लेम नहीं ला सकते गल गलत गल है साढ़े पिंड यही जी गलबात कोई नहीं है। गुरदीप जी तुसी अपने शब्दों के बड़े ही सुचजे ढंग के नाल दस्या कि तुहाडे पिंड दे विच अकाली कांग्रसी ते आम आदमी पार्टी ये सारे एक ने पर फिर भी तुहाडे ही पिंड विचों ये सानू जानकारी क्यों मिली कि इत्थे आम आदमी पार्टी दे नाल वितकरा किया जाता जद कि तुसी ते कहिंदे हो जी कोई गल ही नहीं है। नहीं देखो इहदी गल है साढ़े पिंड विच जिहड़ी भाईचारक सांझ आ उह कुट कुट के भरी हुई है। नहीं फिर जिन्हें जिन्होंने ये जानकारी दी फिर ये भाईचारक सांझ उत्थे कित्थे गई चलो कुछ आंसर होंदे ने भी किवें ना किवें पिंड दे विच मोहमेंट दा माहौल खराब किया जाए पर साडा पिंड समझदार आ सूझवान लोग ने वह गल नूं समझदे ने भी असलियत की है ठीक है किसी के झांसे दे विच आउण वाले नहीं हैगे। तो तुहाडे पिंड दे विच पार्क दा काम चल रहा है ये चानना पाऊंगे भी उस पार्क दे विच पिंड वालियां नूं तुसीं की सुविधा दे रहे हो। देखो सुविधा तो जिन्ना भी काम हो रहा नरेगा थ्रू हो रहा ठीक है स्टंप सरपंच दी एक स्टैंप लगती होंगी है काम तो सारा नरेगा राही हो रहा उत्थे पार्क बनू तो ओपन थोड़े मोटे झूले चल लगने बच्चों लिए खेडने लिए असी तो जो पार्क बन लगी है मैं तो कि पार्क छोटी है वड्डी करो लेकिन वो कहते साढ़े को फंड थोड़े पिंड मंजूरी इन्नी मिली है आबादी के हिसाब ना भी असं वड्डी नहीं बना सकते मैं तो चाहता भी लास्ट तक लगे जाओ वड्डा पार्क बनाओ पर नरेगा लगे नहीं बन नहीं सकता थोड़ा पिंड ही बहुत छोटा पहले अगर साढ़े पिंड मंजूरी मिलनी सी बनती बड़ी मुश्किल ने सी मंजूर करवाया चलो फिर सोचा भी जिन्ना क बना चलो उन्ना ही सही भी बाकी आने वाले समय से पिंड दे विच कोई सोर्स होणगे इनकम दे तैनूं की पता लगे। ਤੁਹਾਡੇ ਪਿੰਡ ਦੇ ਵਿੱਚ ਤੁਸੀਂ ਪਾਰਕ ਦੀ ਸੁਵਿਧਾ ਵੀ ਲੈ ਕੇ ਆਏ ਹੋ ਤੇ ਜੇਕਰ ਦੇਖਿਆ ਜਾਵੇ ਗਰੀਬ ਪਰਿਵਾਰ ਤੇ ਹੁਣ ਇਹ ਚਾਨਣਾ ਪਾਓ ਕਿ ਤੁਹਾਡੇ ਪਿੰਡ ਦੇ ਵਿੱਚ ਗਰੀਬੀ ਰੇਖਾ ਤੋਂ ਨੀਚੇ ਕਿੰਨੀ ਪਬਲਿਕ ਹੈ। ਦੇਖੋ ਸਾਡੇ ਪਿੰਡ ਸਿਹਤ ਪਰਿਵਾਰ ਹੈਗੇ ਨੇ ਜਿਹੜੇ ਕਾਫੀ ਜ਼ਿਆਦਾ ਆਰਥਿਕ ਪੱਖੋਂ ਡਾਊਨ ਨੇ ਪਿਛਲੀ ਸਰਕਾਰ ਦੇ ਦੌਰਾਨ ਉਹਨਾਂ ਲਈ ਘਰਾਂ ਲਈ ਪੈਸੇ ਆਏ ਸੀ 25-25 ਹਜ਼ਾਰ ਰੁਪਈਆ ਚਲੋ ਚੋਣ ਜ਼ਾਬਤਾ ਲੱਗ ਗਿਆ ਉਹ ਨਹੀਂ ਕੈਸ ਕਰਾ ਸਕੇ ਉਹ ਪੇਮੈਂਟ ਉੱਦਾਂ ਹੀ ਬਲੌਕ ਹੋ ਗਈ ਆ ਸਾਡੀ ਕੋਸ਼ਿਸ਼ ਵੀ ਚਲੋ ਗਰੀਬ ਬੰਦੇ ਲਈ 25 ਹਜ਼ਾਰ ਰੁਪਈਆ ਕਾਫੀ ਜੋ ਵੀ ਹੈ ਤਾਂ ਕੁਛ ਵੀ ਹੈ ਨਹੀਂ ਪਰ ਲੇਕਿਨ ਫਿਰ ਵੀ ਚਲੋ ਗਰੀਬ ਲਈ ਕਾਫੀ ਹੋ ਜਾਂਦਾ ਪਰ ਉਹ ਪ੍ਰੋਜੈਕਟ ਵਿੱਚ ਹੀ ਰਹਿ ਗਿਆ ਅਸੀਂ ਆਸ ਕਰਦੇ ਵੀ ਆਉਣ ਵਾਲੇ ਮੌਜੂਦਾ ਸਰਕਾਰ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਕੁਛ ਹੈਲਪ ਕਰੇ। MLA ਸਰਦਾਰ ਜੀਵਨ ਸਿੰਘ ਸੰਘੋਵਾਲ ਬਣੇ ਤਾਂ ਕੀ ਤੁਸੀਂ MLA ਜੀਵਨ ਸਿੰਘ ਸੰਘੋਵਾਲ ਜੀ ਨੂੰ ਆਪਣੇ ਪਿੰਡ ਦੀਆਂ ਜਿਹੜੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜੇਕਰ ਦਿੱਤੀ ਤਾਂ ਉਹਨਾਂ ਦਾ ਕੀ ਜਵਾਬ ਹੈ। ਦੇਖੋ MLA ਜੀਵਨ ਸਿੰਘ ਸੰਘੋਵਾਲ ਬਣੇ ਨੇ ਉਹ ਇਕੱਲੇ ਆਮ ਆਦਮੀ ਪਾਰਟੀ ਦੇ MLA ਨੇ ਸਾਰੇ ਸਾਡੇ ਹਲਕੇ ਦੇ MLA ਨੇ ਇਹ ਪਾਰਟੀਆਂ ਸਿਰਫ ਇਲੈਕਸ਼ਨ ਤੱਕ ਹੁੰਦੀਆਂ ਨੇ ਉਸ ਤੋਂ ਬਾਅਦ ਸਾਰਾ ਹਲਕਾ ਉਹਨਾਂ ਦਾ ਆਪਣਾ ਹੀ ਹੁੰਦਾ ਚਾਹੇ ਕੋਈ ਵੀ ਪਾਰਟੀ ਹੋਵੇ ਸਰਕਾਰ ਬਣਨ ਥੋੜ੍ਹਾ ਟਾਈਮ ਹੋਇਆ ਹਾਲੇ ਤਾਂ ਉਹਨਾਂ ਦਾ ਮੈਨੂੰ ਲੱਗਦਾ ਵੀ ਜਿਹਨਾਂ ਨੇ ਆਪਣਾ ਸਾਰਾ ਧੰਨਵਾਦੀ ਦੌਰਾ ਵੀ ਨਹੀਂ ਪੂਰਾ ਕੀਤਾ ਉਹਨਾਂ ਦਾ ਹਲਕਾ ਸਾਡਾ ਵੱਡਾ ਸ਼ਾਇਦ ਗਿੱਲ ਹਲਕਾ ਪੰਜਾਬ ਦੇ ਵਿੱਚੋਂ ਮੇਰੇ ਖਿਆਲ ਦੂਜੇ ਨੰਬਰ 'ਤੇ ਜਾਂ ਪਹਿਲੇ ਨੰਬਰ 'ਤੇ ਆਉਣ ਵਾਲੇ ਸਮੇਂ 'ਚ ਫਰੀ ਹੋਣਗੇ ਕਿਤੇ ਮਿਲਣ ਦਾ ਮੌਕਾ ਬਣੂਗਾ ਸਾਰੀਆਂ ਮੰਗਾਂ ਨੂੰ ਲੈ ਕੇ ਜਾਵਾਂਗੇ ਰੱਖਾਂਗੇ ਜੋ ਡਿਮਾਂਡਾਂ ਪਿੰਡ ਦੀਆਂ। ਤੁਸੀਂ ਹੁਣ ਤੱਕ ਜਿੰਨੀ ਵਾਰ ਵੀ ਸਰਦਾਰ ਜੀਵਨ ਸਿੰਘ ਸੰਘੋਵਾਲ ਜੀ ਨੂੰ ਮਿਲੇ ਹੋ ਉਹਨਾਂ ਨੂੰ ਮਿਲ ਕੇ ਤੁਹਾਨੂੰ ਇਸ ਤਰ੍ਹਾਂ ਲੱਗਿਆ ਕਿ ਤੁਹਾਨੂੰ ਤੁਹਾਡੇ ਪਿੰਡ ਦੇ ਕੋਟ ਆਗਾ ਦੇ ਲਈ ਜੇਕਰ ਗ੍ਰਾਂਟ ਚਾਹੀਦੀ ਹੈ ਤਾਂ ਉਹ ਗ੍ਰਾਂਟ ਦੇ ਲਈ ਤੁਹਾਨੂੰ ਆਮ ਆਦਮੀ ਪਾਰਟੀ ਦਾ ਸਰੋਪਾ ਪਵਾਉਣਾ ਪਏਗਾ ਜਾਂ ਬਿਨਾਂ ਸਰੋਪਾ ਪਵਾਏ ਹੀ MLA ਸਾਹਿਬ ਤੁਹਾਨੂੰ ਗ੍ਰਾਂਟ ਦੇਣਗੇ? ਦੇਖੋ ਜਿਹੜੇ ਸਰੋਪੇ ਪਾਉਣ ਵਾਲੀਆਂ ਗੱਲਾਂ ਹੁੰਦੀਆਂ ਇਹ ਤਾਂ ਫਾਰਮੈਲਿਟੀ ਹੁੰਦੀਆਂ ਨੇ ਸਰੋਪੇ ਪਹਿਲਾਂ ਹੀ ਪੈਂਦੇ ਰਹੇ ਨੇ ਅਕਾਲੀ ਸਰਕਾਰ ਵਾਲੇ ਪੈਂਦੇ ਨੇ ਕਾਂਗਰਸ ਵਾਲੇ ਪੈਂਦੇ ਨੇ ਹੁਣ BJP ਪੈ ਰਹੇ ਨੇ ਇੱਦਾਂ ਆਮ ਆਦਮੀ ਪਾਰਟੀ ਦੇ ਬਹੁਤ ਪੈਣਗੇ ਲੇਕਿਨ ਸਰਕਾਰਾਂ ਨੂੰ ਲੋਕਾਂ ਦਾ ਦਿਲ ਜਿੱਤਣਾ ਪਵੇਗਾ ਸਰੋਪੇ ਪਾਉਣ ਦੀ ਲੋੜ ਨਹੀਂ ਹੈ ਸਰੋਪਾ ਇੱਕ ਫਾਰਮੈਲਿਟੀ ਆ ਲੋਕਾਂ ਨੂੰ ਦਿਲ ਤੋਂ ਆਪਣੇ ਨਾਲ ਜੋੜਨਾ ਪਵੇਗਾ ਕੋਈ ਵੀ ਸਰਕਾਰ ਹੋਵੇ ਇਹ ਜਿਹੜੀ ਸਰੋਪਾ ਦੀ ਰਾਜਨੀਤੀ ਹੈ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ ਇਹ ਤਾਂ ਸਰਕਾਰਾਂ ਨੂੰ ਲੋਕਾਂ ਦੇ ਦਿਲ ਜਿੱਤਣੇ ਪੈਣਗੇ ਲੋਕ ਪੱਖੀ ਨੀਤੀਆਂ 'ਤੇ ਚੱਲਣਾ ਪਊਗਾ ਰੋਜ਼ਮਰ੍ਹਾ ਦੇ ਕੰਮ ਲੋਕਾਂ ਦੇ ਬਿਨਾਂ ਖੱਜਲ ਖਵਰ ਤੋਂ ਹੋਣੇ ਚਾਹੀਦੇ ਨੇ ਤਾਂ ਜੋ ਕਿ ਲੋਕ ਆਪਣੇ ਆਪ ਹੀ ਲੋਕ ਸਰਕਾਰਾਂ ਨਾਲ ਜੁੜਨ ਨਿਰਪੱਖ ਹੋ ਕੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਨਾ ਕਿ ਪਾਰਟੀ ਤੌਰ 'ਤੇ ਵੀ ਸਾਡੀ ਪਾਰਟੀ ਦਾ ਸਰਪੰਚ ਆ
ये फलानी पार्टी सुबह निरपक्ष होकर काम कर रहे थे। दिल जीतन की गल की है ते तुहाडे पिंड तों भी जानकारी मिली ते तुहाडे नाल भी गलबात दौरान पता लग गया कि पहला भी तुहाडे घर दे विच सरपंची रह चुकी है ते जिस तरह सरपंची पहला तुहाडे परिवार विच रह चुकी है ते पिंड दे काम कार पिछले सरपंच करदे रहे कि हुण फिर तुसीं जिहड़ा काम शुरू किया या सीवरेज तो कर लिया तो नैचुरली गलियां नालियां ने जिहड़ियां पुट्टियां जा रहियां ने कि इह गलियां नालियां पुट्टण दा जिहड़ा दौर है बीबी मनदीप कौर जी की सरपंची तो बाद खत्म हो जाएगा विकास काम होर शुरू होंगे या फिर द्वारा गलियां नालियां दी सीमित रहेंगे। देखो गल जो गलियां नालियां की गल करते हो ये मजबूरी नूं पट्टियां गईआं द्वारा कुछ समा सी तो 40 साल पहला घर नीवे हुंदे सी उह घरां दे मुताबक नालियां बन गई गलियां बन गई समा बदल गया घर उच्चे हो गए घर उच्चे होने के नाल गलियां नीवे चली गई नाली नीवी चली गई वो दोबारा बनाया पै गई असल तो यह प्लैनिंगा पहले ही चाहिए ने पहला तो नहीं हो सकदियां क्योंकि असी हिंदुस्तान काफ़ी ज़्यादा गरीब मुल्क सी किसी नूं यह नहीं कहा जा सकता भी असी नाली का लैवल रखना तो घर उच्चा कर जे एक लैन के विच 10 घर उच्चे ने 30 घर नीवे ने तो 30 घर के लैवल में ध्यान रखा जाऊगा लेकिन हौली हौली वो 30 घर ने भी घर उच्चे कर ले जो नालियाँ से डूंगियां हो गई गलियां नीवियां हो गई वो मजबूरी बन गई दुबारे पट्टण की जे यही कि सिस्टम पहला सीवरेज पै जाता तो यह दिक्कत आनी नहीं सी। हाँ उही मैं तुहानू सवाल किया कि मनदीप कौर जी अपने पिंड कोटागा वालियां दा दिल जीत के अपने पिंड वालियां नू खुश करके आने वाले समय दे विच एक मिसाल देंगे। हाँ बिल्कुल हुण साडे कई कमजोर परिवार ने अज भी वो घर का उच्चा नहीं कर सकते वो गलियां नालियां नीवियां ने नीवियां होना उससे गंद ज़्यादा रुकता ब्लॉक हो रही ने जो सीवरेज पै गया यह समस्या उन्होंने भी हल हो जूगी उन्होंने मजबूरी बस घर उच्चे नहीं करने पैणगे आपकी खुशी ना कर कोई अलग गल आ मजबूरी बस नहीं करने पैणगे वह एको एक हल सीवरेज ते मनदीप जी दे कार्यकाल हुण रह गया करीब 1.5 साल इस 1.5 साल विच पिंड दे केड़े केड़े विकास काम ने जिहड़े हुण निपरे चढ़ा देंगे ते देखो साडा असी कल्ली मनदीप कौर नहीं काम करा रही सारा पिंड ही काम करा रहा साडे पिंड दे विच भाईचारा बहुत कायम असी सारे पिंड सहमति नाल काम करा रहे सारे पिंड नूं पता साडे काम दो ही काम साडे मेन ने एक सीवरेज पै जाए दूजा टोभे दा काम तीजा ग्राउंड बच्चों लई ये तीनों काम साड़ी पूरी कोशिश असी अपने टर्म के पूरे करांगे। और अंत दे विच सिटी लाइव चैनल के जरिए तुहाडे MLA सरदार जीवन सिंह संगोवाल जी नूं पिंड कोट आगा दी किहड़े विकास काम के लिए तुसीं ग्रांट के लिए सुनेहा देना चाहते हो। बिल्कुल मैं सर जीवन सिंह संगोवाल MLA साहब बेनती करनी चाहता भी साढ़े पिंड कुछ ज़्यादा नहीं असी 10-12 लाख रुपए की ग्रांट मंगते हैं इन्नी ग्रांट आ जाए तो वो सारे लुधियाने के साडे पिंड एक मॉडल वजे पेश कर सकते इन्नी कि जो सू ग्रांट आ जाए ना अभी सारे पिंड सीवरेज पैजूगा कुछ साढ़े अपने सोर्स है कुछ इन्नी ग्रांट इधरों आ जाऊगी तो असं पिंड की बिल्कुल नहार बदल देंगे साढ़े पिंड एक मॉडल वगू पेश कर सकते इलाके के पिछे। सिटी लाइव चैनल के दर्शक 7 हल्कों की पंचायत के रूबरू हो रहे हैं और जो समस्या पिंड कोटागा दे विच आई है बिजली दी सोलर लाइटां दी यही समस्या तुसी देखी है कि होर पिंडां विच भी तुहानूं जानकारी मिली है कि पिंडां दे विच सोलर लाइटां काम नहीं कर रही मेन सोलर लाइटां काम क्यों नहीं कर रही उसकी जानकारी आपां नूं दित्ती है सरदार गुरदीप सिंह जी ने सोचण दा विशा यह है कि पिंड दीआं पंचायतां दे जरिए पिंड दे विच सोलर लाइटां आंदियां ने पंचायतां अपने पंचायती फंड तो या सरकार दी ग्रांट दे जरिए जदों इह सोलर लाइटां लाइयां जांदियां ने पर सोलर लाइटां दी जिहड़ी गरंटी हुंदी इहनां दी वारंटी हुंदी है 25 साल दी हुंदी है और पिंड कोट आगा दी सोलर लाइट दे जिहड़े पैनल ने खराब होए पए ने जिन्हां दी हले वारंटी नूं 10 साल रहिंदे ने पर गुजरात दी कंपनी दसी जांदी है ते उत्थों दी रिप्लेसमेंट दा जो खर्चा आ वह इन्ना ज़्यादा पैंदा है कि पंचायत दे कोल इन्ना फंड नहीं है आने वाले समय दे विच देखदे हां कि हलका गिल दे MLA सरदार जीवन सिंह संगोवाल पिंड कोट आगा दी
सोलर लाइटां दी समस्या नूं किन्ने समें विच खत्म करके पिंड कोट आगा दे विच रोशनी दीआं चमकां लेके आंदे ने, इह सारी जानकारी लैण लई साडे सिटी लाइव चैनल दे नाल जुड़े रहो।